ਮੇਰੇ 'ਚ ਜ਼ੋਰ ਆ ਰਿਹਾ, ਜ਼ੋਰ ਆ ਰਿਹਾ। ਓਏ 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 ਓਏ, ਆਪ ਕੱਲ੍ਹ ਵਾਲਾ ਵਲੋਗ ਨਹੀਂ ਵੇਖਿਆ? ਬੇਬੇ ਨੇ ਮਾਰ ਮਾਰ ਕੇ ਮੇਰੀਆਂ ਧੂੜਾਂ ਪੱਟਦੀਆਂ, ਹਜੇ ਤੱਕ ਮੇਰੇ ਇੱਥੇ ਇੱਥੇ ਪੀੜਾਂ ਹੁੰਦੀਆਂ, ਮੇਰਾ ਅੰਗ ਅੰਗ ਪੀੜ ਕਰ। ਯਾਰ ਮਾਂ ਜੀ ਮਿਲੀਅਨਸ ਦੇ ਵਿੱਚ ਸੀਗੇ, ਤਕਰੀਬਨ ਸਾਰੇ ਜਿੰਨੇ ਮੇਰੇ ਅਕਾਊਂਟ 'ਚ ਪਏ ਸੀ ਮੈਂ ਠੋਕ ਦਿੱਤੇ ਸੀਗੇ। ਹੁਣ ਮੈਂ ਕੀ ਦੱਸਾਂ ਮਿਲੀਅਨ ਕਿੰਨਾ ਹੁੰਦਾ, ਮਿਲੀਅਨ ਦਾ ਦੱਸ ਕੇ ਤਾਂ ਬੇਬੇ ਨੂੰ ਹੋਲ ਪੈ ਜਾਣੇ ਨੇ। 10 ਲੱਖ ਦਾ 1 ਮਿਲੀਅਨ ਹੁੰਦਾ। 10 ਲੱਖ ਦਾ ਮਿਲੀਅਨ ਹੁੰਦਾ, 10 ਲੱਖ ਨਹੀਂ ਸੀਗਾ, ਮਿਲੀਅਨ ਤੋਂ ਉੱਤੇ ਸੀਗਾ, ਕੋਈ 2 ਮਿਲੀਅਨ ਦੇ ਨੇੜੇ ਤੇੜੇ ਸੀਗੇ ਜਿਹੜੇ। ਉਹਨੇ ਗੱਡੀ ਲੈਣੀ ਸੀ, ਗੱਡੀ ਗੱਡੀ ਚਾਰਜ ਬਣ ਕੇ ਉਹਨੇ ਵੀ ਗੱਡੀ ਲੈਣੀ ਸੀ, ਮੈਂ ਵੀ ਗੱਡੀ ਲੈਣੀ ਸੀ, ਦੋਵਾਂ ਦੀਆਂ ਗੱਡੀਆਂ ਨਾ ਰੋਕਟ ਬਣ ਕੇ ਨਾ ਅਸਮਾਨ ਤੇ ਚੜ੍ਹੀ। ਅਸਲਾਮੁ ਅਲੈਕੁਮ, ਵੈਲਕਮ ਬੈਕ ਟੂ ਆ ਬ੍ਰਾਂਡ ਨਿਊ ਵਲੌਗ। ਹਾਲ ਚਾਲ ਹੈ ਆਪਕੇ? ਉਮੀਦ ਹੈ ਕਿ ਸਾਰੇ ਖੈਰ ਖਰੀਦ ਹੋਗੇ, ਸਿਹਤ ਵੀ ਠੀਕ ਹੋ ਗਏ, ਬਿਲਕੁਲ ਫਿੱਟ ਫਾਟ ਹੋ ਗਏ। ਲੋ ਜੀ ਅੱਜ ਜਿਹੜਾ ਨਾ ਬੇਬੇ ਨੇ ਘਰ ਦੇ ਵਿੱਚ ਸਾਰਾ ਚੇਂਜ ਚੇਂਜ ਲੱਗ ਰਿਹਾ, ਮਤਲਬ ਮੈਂ ਸੁੱਤਾ ਪਿਆ ਉੱਠਿਆ, ਠੀਕ ਹੈ, ਉੱਠਣ ਤੋਂ ਬਾਅਦ ਦੇਖੋ ਕਿ ਇਹ ਜੀ ਸੋਫੇ ਸੋਫੇ, ਤੁਸੀਂ ਕਹਿਣਾ ਕਿ ਭਾਈ ਜੀ ਸੁੱਤਾ ਪਿਆ ਕੈਸੇ ਮੁੱਠਾ, ਬਾਬਾ ਜੀ ਮੈਂ ਸੁੱਤਾ ਪਿਆ। ਹੁਣ ਮੋਸਟਲੀ ਰਾਤ ਨੂੰ ਉੱਠਦਾ, ਮੇਰੀ ਰੂਟੀਨ ਬਣੀ ਹੁਣ 6-7 ਵਜੇ ਸੌਂ ਕੇ ਉੱਠਣ ਦੀ, ਅਤੇ ਸੋਫਿਆਂ ਦੇ ਉੱਤੇ ਸ਼ਾਰਟ ਜੇ ਚੇਂਜ, ਠੀਕ ਹੈ, ਕੱਪੜੇ ਇਸਤਰੀ ਕਰ ਕਰਕੇ ਇਹ ਲੈਣਾ ਲਾਈਆਂ ਪਈਆਂ ਬੇਬੇ ਨੇ, ਠੀਕ ਹੈ, ਅਤੇ ਇੱਧਰ ਵੀ ਆ ਪੱਟੀਆਂ ਜੀ ਚੇਂਜ ਕਰ ਦਿੱਤੀਆਂ। ਆਏ ਹਾਏ ਹਾਏ, ਅੱਜ ਤਾਂ ਚਾਦਰਾਂ ਵੀ ਨਵੀਆਂ, ਕਿਆ ਬਾਤ ਹੈ, ਕਿਆ ਬਾਤ ਹੈ। ਇਹ ਕੀ ਹਜੇ ਈਦ ਆਈ ਨਹੀਂ ਹੈਗੀ, ਠੀਕ ਹੈ, ਅਤੇ ਤੁਸੀਂ ਪਹਿਲੇ ਹੀ ਆਹ ਕੀ ਤਿਆਰੀਆਂ ਕੱਟੀ ਜਾ ਰਹੇ ਜਾਂ ਕੀ ਗਾਜਰਾਂ ਬਦਾਮ ਅਤੇ ਮੂਲੀਆਂ ਸ਼ੂਲੀਆਂ ਕੱਟੀ ਜਾ ਰਹੇ ਟਾਈਮ ਨਾਲ ਹੀ? ਇਹ ਹੈਗਾ ਇਹ ਤਾਕਤ ਦਾ ਖਜ਼ਾਨਾ, ਤਾਕਤ ਦਾ ਖਜ਼ਾਨਾ, ਸਿਹਤ ਦਾ ਰਾਜ਼। ਵਾਕਈ ਤਾਕਤ ਪਹੁੰਚ ਜਾਂਦਾ? ਹਾਂਜੀ ਹਾਂ, ਸਿਹਤ ਦਾ ਰਾਜ਼, ਤਾਕਤ ਦਾ ਖਜ਼ਾਨਾ, ਸਵੀਟ ਡਿਸ਼ ਦੀ ਸਪੈਸ਼ਲ ਚੀਜ਼, ਇੰਨੀਆਂ ਚੀਜ਼ਾਂ ਵਾ। ਮੈਨੂੰ ਤਾਂ ਤਾਕਤ ਕੋਈ ਨਹੀਂ ਮਿਲੀ ਇਹਦੇ ਨਾਲ। ਫਿਰ ਇਹਨੂੰ ਬਰਫੀ ਬਣਾ ਲਈਏ ਘਰ, ਉਹਦੇ 'ਚ ਪਾ ਲਾ, ਹਲਵੇ 'ਚ ਪਾ ਲਾ, ਜਿਹਦੇ 'ਚ ਮਰਜ਼ੀ ਪਾ ਕੇ, ਵੈਸੇ ਫੱਕਾ ਮਾਰ ਲਓ। ਯਾਰ ਖੜ ਜਾਓ, ਮੈਂ ਤੁਹਾਨੂੰ ਅੱਜ ਦੀ ਗੱਲ ਦੱਸਦਾ। ਮਾਂ ਜੀ ਨੇ ਮੈਨੂੰ ਕਿਹਾ ਪੁੱਤਰ ਜਾਣਾ ਬਾਜ਼ਾਰ, ਮੈਂ ਕਿਹਾ ਬੇਬੇ ਥੋੜ੍ਹਾ ਜਿਹਾ ਸਬਰ ਕਰ ਲਓ, ਮੈਨੂੰ ਝੱਟ ਕੁ ਸੌਂ ਲੈਣ ਦਿਓ, ਇਸ ਟਾਈਮ ਮੈਨੂੰ ਬਹੁਤ ਜ਼ਿਆਦਾ ਨੀਂਦ ਆਈ ਪਈ ਹੈ, ਠੀਕ ਹੈ, ਥੋੜ੍ਹੀ ਦੇਰ ਸੌਂ ਲੈਣ ਦਿਓ, ਕੋਈ 10 ਕੁ ਵਜੇ ਹੋਣੇ ਨੇ, ਠੀਕ ਹੈ, ਮੈਂ ਸੁੱਤਾ ਨਹੀਂ ਸੀ ਸਾਰੀ ਰਾਤ ਦਾ, ਮੈਨੂੰ ਸੁੱਤਾ, ਮੈਂ ਕਿਹਾ ਮੈਨੂੰ ਥੋੜ੍ਹੀ ਦੇਰ ਸੌਂ ਲੈਣ ਦਿਓ, ਕੋਈ 3-4 ਘੰਟੇ, 3:30 ਵਜੇ ਆਪਾਂ ਚੱਲ ਜਾਵਾਂਗੇ। ਅਤੇ ਮੈਂ ਸੌਂਦਾ ਹੀ ਗਿਆ ਵਾਂ, ਠੀਕ ਹੈ, ਮੈਨੂੰ ਕਹਿੰਦੇ ਠੀਕ ਹੈ, ਮੈਂ ਸੌਂਦਾ ਗਿਆ, ਅਤੇ ਮੇਰੇ ਮਗਰੋਂ ਕਿਤੇ ਬਾਬਾ ਜੀ ਰਕਸ਼ਿਆਂ ਨੂੰ ਕੀਤੀ ਅਕਾਲ, ਅਤੇ ਰਕਸ਼ੇ 'ਤੇ ਬਹਿ ਕੇ ਅਤੇ ਗਈ ਹੈ ਬੇਬੇ ਛੂੰ ਛੂੰ ਕਰਦੀ ਬਾਹਰ। ਬੇਬੇ ਕਹਿੰਦੀ ਅੱਜ ਮੌਸਮ ਬੜਾ ਸੁਹਾਣਾ ਸੀਗਾ, ਹੈ ਕਹਿੰਦੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀਗੀਆਂ, ਸ਼ਬਨਮ ਵਾਂਗੂ ਰਿਮਝਿਮ ਹੋ ਰਹੀ ਸੀ ਉੱਤੋਂ ਸਮਾਨ ਤੋਂ, ਬਾਰਿਸ਼ ਦੇ ਹਲਕੇ ਹਲਕੇ ਕਤਰੇ ਅਤੇ ਨਾਲ ਠੰਡੀ ਹਵਾ, ਮੌਨਸੂਨ ਦੀ ਝੜੀ ਲੱਗੀ ਸੀ। ਕਹਿੰਦੇ ਮੈਂ ਤਾਂ ਐਵੇਂ ਬਾਜ਼ਾਰ 'ਚ ਫਿਰਦੀ ਨਹੀਂ, ਮੈਨੂੰ ਤਾਂ ਕਿਤੇ ਗਰਮੀ ਫੀਲ ਇੰਝ ਲੱਗਿਆ ਜਿਵੇਂ ਮੇਰੇ ਉੱਤੇ ਏਸੀ ਲੱਗਿਆ ਹੁੰਦਾ, ਅਤੇ ਮੈਂ ਤੁਰੀ ਫਿਰ ਰਹੀ ਅਤੇ ਨਾਲ ਨਾਲ ਏਸੀ ਠੰਡੀ ਹਵਾਵਾਂ ਭੇਜ ਰਿਹਾ। ਮੈਂ ਸਾਰੀਆਂ ਸਬਜ਼ੀਆਂ ਲਿਆਂਦੀਆਂ, ਫਰੂਟ ਲਿਆਂਦਾ, ਚਾਵਲ, ਚੀਨੀ,
ਫਿਰ ਜਿਹੜਾ ਕੋਈ ਨਿੱਕੀਆਂ ਮੋਟੀਆਂ ਚੀਜ਼ਾਂ ਮਸਾਲੇ ਵਗੈਰਾ ਹਰ ਚੀਜ਼ ਲਿਆਉਂਦੀ ਆ ਆਪਣੀ, ਦੋ ਦੁਪੱਟੇ ਚਾਦਰਾਂ ਲਿਆਉਂਦੀਆਂ। ਚਲੋ ਇਹਦਾ ਇਸ ਗੱਲ ਦਾ ਫਾਇਦਾ ਹੋ ਗਿਆ, ਦੋ ਚਾਦਰਾਂ ਹਾਂਜੀ, ਇੱਕ ਕਾਲੀ ਵੀ ਲਿਆਉਂਦੀ ਆ। ਕਿੱਥੇ ਕਾਲੀ? ਇਹ ਜਿਹੜੀ? ਵਾਹ ਜੀ ਵਾਹ, ਖੋਲ ਕੇ ਵਿਖਾਓ। ਹੁਣ ਹੱਥਾਂ ਨੂੰ ਲੱਗਾ ਹੋਇਆ ਵਾ। ਕੀ ਸੁਧਕ? ਹਾਂ ਤੇਲ ਜਿਹਾ ਲੱਗ ਗਿਆ ਗਿਰੀ ਦਾ। ਅੱਛਾ, ਇੱਕ ਯੋ ਹੈ। ਹਾਂਜੀ ਆ ਕਾ ਲਿਆਉਂਦੀ। ਇੱਕ ਯੋ ਹੈ ਔਰ ਇੱਕ ਯੋ ਲੇ ਰੱਖੀ ਹੈ ਉੱਪਰ। ਇੱਕ ਆ ਲਿਆਉਂਦੀ। ਵਾਹ ਜੀ ਵਾਹ। ਚਲੋ ਇਸੇ ਗੱਲ ਦਾ ਇੱਕ ਦਾ ਫਾਇਦਾ ਹੋ ਗਿਆ ਆਪਾਂ ਨੂੰ ਯਾਰ। ਚਲੋ ਇੱਕ ਗੱਲ ਦਾ ਫਾਇਦਾ ਹੋ ਗਿਆ ਕਿ ਬੇਬੇ ਅੱਜ ਜਾ ਕੇ ਲਿਆਈ, ਠੀਕ ਹੈ ਬੇਬੇ। ਵੇਖੋ ਬਾਜ਼ਾਰ 'ਚ ਰਕਸ਼ਾ 'ਚ ਜਾ ਕੇ ਬੇਬੇ ਬਾਜ਼ਾਰ 'ਚ ਪੂਰਾ ਤੁਰੀ ਵੀ ਹੋਏਗੀ, ਇਸੇ ਗੱਲ ਨਾਲ ਤੁਹਾਡੀ ਵਾਕ ਵੀ ਹੋਗੀ ਮੈਂ ਬੜਾ ਤੁਰੀ ਗੱਲ ਤੇ ਫਾਇਦਾ ਹੋਇਆ ਕਿ ਨਹੀਂ? ਤੇ ਪਰ ਫਿਰ ਪੈਰ ਬਹੁਤ ਦੁਖਦੇ ਆ। ਉਹ ਜਦੋਂ ਕਦੀ ਕਦਾਰ ਤੁਰਨਾ ਫਿਰ ਤਾਂ ਦੁਖਣੇ ਦੁਖਣੇ, ਦੋ ਚਾਰ ਦਿਨ ਰੈਗੂਲਰ ਤੁਰਦਾ ਬੰਦਾ ਨਹੀਂ, ਠੀਕ ਹੈ। ਹੁਣ ਤੁਸੀਂ ਸਵੇਰੇ ਫਿਰ ਇੱਥੇ ਬਾਹਰ ਤੁਰਿਆ ਜੇ, ਦੋ ਚਾਰ ਦਿਨ ਲਗਾਤਾਰ ਤੁਰੂਗੇ, ਠੀਕ ਹੈ ਪੀੜਾਂ ਹਟ ਜਾਣਗੀਆਂ। ਜਦੋਂ ਇੱਕ ਦਿਨ ਤੁਰਨਾ ਕਿਤੇ ਸਾਲ ਬਾਅਦ ਜਾ ਕੇ ਤਾਂ ਇੰਜ ਹੀ ਹੋਣਾ। ਹੁਣ ਦੇਖੋ ਇਸ ਗੱਲ ਦਾ ਫਾਇਦਾ ਹੋ ਗਿਆ ਨਾ, ਕਿਤੇ ਮੈਂ ਘਰੇ ਨਾ ਹੋਵਾਂ ਤੁਸੀਂ ਜਾ ਕੇ ਫਿਰ ਬਾਜ਼ਾਰੋਂ ਸਮਾਨ ਲਿਆ ਸਕਦੇ ਜੀ। ਫਾਇਦਾ ਹੋਇਆ ਕਿ ਨਹੀਂ ਹੋਇਆ? ਉਹ ਅੱਗੇ ਕਦੋਂ ਲੈ ਕੇ ਆਉਂਦੇ ਸੀ, ਹੁਣ ਛੱਡ ਦਿੱਤਾ ਨਾ, ਸਦੀਆਂ ਹੋ ਗਈਆਂ ਛੱਡ ਦੇ। 15 ਸਾਲ ਹੋ ਗਏ ਤੁਹਾਨੂੰ ਛੱਡੇ ਨੂੰ, ਹੁਣ ਸਾਰਾ ਕੁਛ ਹੈ। ਚਲੋ ਜੀ ਬੇਬੇ ਹਜੇ ਅਗਵਾ ਨੀ ਹੋ ਸਕਦੀ ਹੈ, ਮੈਂ ਕਿਹਾ ਮਸ਼ਹੂਰ ਸੈਲੀਬ੍ਰਿਟੀ ਇਹ ਨਾ ਕਿਤੇ ਰਾਹ ਚ ਰਕਸ਼ੇ ਤੇ ਗਲੀ ਜਾਵੇ, ਉਹਦੇ ਉਹਦੇ ਕਿਤੇ ਕੋਈ ਇੰਜ ਰੁਮਾਲ ਸੰਘਾਣਾ ਇੰਜ ਕਰਕੇ ਤੇ ਲੈ ਜੀ ਸੈਲੀਬ੍ਰਿਟੀ ਸਾਡੀ ਮਿੰਨੀ ਫੈਮਿਲੀ ਦੀ ਸ਼ਾਨ ਜਿਹੜੀ ਹੈ ਨਾ, ਸ਼ਾਨ ਉਹਦੇ ਵਾਜੀ ਵੀ ਹੋਏ। ਪਾਕਿਸਤਾਨ ਚ ਕੋਈ ਸ਼ਾਨ ਨੀ ਛੱਡੀ, ਥਾਂ ਨੀ ਛੱਡੀ, ਤੇ ਬੇਬੇ ਨੂੰ ਕਿਸੇ ਨੇ ਉਂਗਲ ਨੀ ਕੀਤੀ, ਹੁਣ ਬੇਬੇ ਨੂੰ ਕਿਸੇ ਦਾ ਹੁਣ ਬੇਬੇ ਨੇ ਗੱਲ ਕਰਨੀ ਵਾਇਆ ਕਿ ਰਿਕਾਰਡਿੰਗ ਚੱਲਦੀ ਪਈ ਸੀ ਤੇ ਚੁੱਪ ਕਰਕੇ ਆ ਕਰ ਦਿੱਤਾ ਜਿੱਥੇ ਇੱਥੇ ਸਮਝਿਆ ਕਿ ਗਾਹ ਲਾਉਣੀ ਹੈ ਪਲਾਨ ਦੋ ਬਸ ਗਾਲ ਨਾ ਕਹਿੰਦੇ ਨਾ ਕਿ ਇੱਥੇ ਗਾਲ ਇੱਥੇ ਆਈ, ਇੱਥੇ ਇੱਥੇ ਆ ਕੇ ਇੱਕ ਵਾਰੀ ਮੂੰਹ ਇੰਜ ਹੋ ਗਿਆ, ਇੱਥੋਂ ਮੀਟੀ ਗਈ, ਨਹੀਂ ਤਾਂ ਇੱਥੋਂ ਬੇਬੇ ਦੀ ਗਾਲ ਨਿਕਲ ਜਾਂਦੀ ਨਾ ਤਾਂ ਫੁੱਲ 330 ਦੀ ਸਪੀਡਾਂ ਨਿਕਲਣੀ ਸੀ। ਕੱਲ੍ਹ ਵਾਲਾ ਵਲੋਗ ਨਹੀਂ ਵੇਖਿਆ? ਬੇਬੇ ਨੇ ਮਾਰ ਮਾਰ ਕੇ ਮੇਰੀਆਂ ਧੂੜਾਂ ਪੱਟਦੀਆਂ, ਹਜੇ ਤੱਕ ਮੇਰੇ ਇੱਥੇ ਇੱਥੇ ਪੀੜਾਂ ਹੁੰਦੀਆਂ, ਮੇਰਾ ਅੰਗ ਅੰਗ ਪੀੜ ਕਰਦਾ ਪਿਆ ਤੇ ਸ਼ੇਬੀ ਦੇ ਕੂਹਣੀਆਂ ਮਾਰ ਮਾਰ ਕੇ ਵਿਚਾਰੇ ਦੇ ਇੰਨਾ ਕੁ ਬਲੂੰਗੜਾ ਵਿਚਾਰਾ ਹੈ ਨਿੱਕਾ ਜਿਹਾ, ਤੁਸੀਂ ਉਹਦੇ ਤੇ ਪੂਰਾ ਖਿਆਲ ਕਰ ਲਓ। ਉਹਨੂੰ ਕਹਿੰਦੇ ਉਰੇ ਆ ਤੈਨੂੰ ਪਿਆਰ ਦੇਵਾਂ, ਉਹ ਪਿਆਰ ਤੇ ਲੈ ਲਾ ਉਰੇ, ਤੂੰ ਮਿਲਣਾ ਨਹੀਂ ਮੈਨੂੰ, ਉਹ ਉਰੇ ਆ ਮਿਲ ਤੇ ਲਾ, ਉਹ ਕਹਿੰਦਾ ਨਹੀਂ ਮੈਨੂੰ ਮਾਰ, ਉਹ ਨਹੀਂ ਮਿਲ ਲਾ ਪਿਆਰ ਤੇ ਲੈ ਲਾ, ਉਹਨੂੰ ਐਸ ਪਿਆਰ ਕਿਵੇਂ ਦਿੱਤਾ ਉਹਨੂੰ ਫਿਰ ਉਹਨੂੰ ਵੈਸਾ ਪਿਆਰ ਦਿੱਤਾ, ਮੈਂ ਕਿਹਾ ਸ਼ੇਬੀ ਹਾਂ ਦੱਸ ਹੁਣ, ਉਹ ਸ਼ੇਬੀ ਦੀ ਆਵਾਜ਼ ਨਾ ਨਿਕਲੇ। ਕੱਲ੍ਹ ਵਾਲਾ ਵਲੋਗ ਨਹੀਂ ਵੇਖਿਆ ਯਾਰ? ਪਹਿਲੇ ਜਾ ਕੇ ਤੁਸੀਂ ਕੱਲ੍ਹ ਵਾਲਾ ਵਲੋਗ ਤੇ ਦੇਖੋ ਨਾ, ਪਹਿਲੇ ਤੁਸੀਂ ਕੱਲ੍ਹ ਵਾਲਾ ਵਲੋਗ ਵੇਖੋ। ਮੈਂ ਕਹਿੰਦਾ ਤੁਹਾਡੀਆਂ ਵੱਖੀਆਂ ਦੂਰ ਹੋ ਜਾਣੀਆਂ, ਦੂਰ ਨਹੀਂ ਹੋ ਜਾਣੀਆਂ, ਵੱਖੀਆਂ ਦੂਰ ਹੀ ਹੋ ਜਾਣੀਆਂ। ਬੇਬੇ ਨਾਲ ਅਸੀਂ ਛੋਟਾ ਜਿਹਾ ਸਮੋਕਿੰਗ ਪ੍ਰੈਂਕ ਕੀਤਾ ਸੀ ਹੈ, ਅਤੇ ਬਾਬਾ ਜੀ ਬੇਬੇ ਨੇ ਤੇ ਪਾ ਪਾ ਕੇ ਵੈਨ ਇੱਥੇ ਪੂਰਾ ਕਰ ਚੁੱਕ ਲਿਆ। ਮੈਂ ਬੇਬੇ ਨੂੰ ਨਾ ਐਵੇਂ ਮੇਰੇ ਮੂੰਹ ਨਿਕਲ ਗਿਆ, ਪਤਾ ਨਹੀਂ ਸੀ ਮੇਰੇ ਦਿਨ 'ਚ, ਬੇਬੇ ਕਹਿੰਦੀ ਸਿਗਰਟ ਕਿਹੜੀ ਹੈ? ਮੈਂ ਕਿਹਾ ਪੱਕੀ, ਪੱਕੀ ਕੀ ਹੁੰਦੀ ਜਿਹੜੀ ਪੱਕੀ ਸਿਗਰਟ ਹੁੰਦੀ ਨਾ, ਉਹਦੇ 'ਚ ਹੁੰਦੀ ਹੈ ਚਰਸ ਵਾਲੀ ਨੂੰ, ਪੱਕੀ ਕਹਿੰਦੇ ਨੇ ਚਰਸ ਵਾਲੀ ਨੂੰ। ਕਿਸੇ ਦਿਨ ਤੁਹਾਨੂੰ ਚਰਸ ਵਾਲੀ ਸਿਗਰਟ ਪਿਆਉਣੀ, ਮੈਂ ਕਹਿੰਦਾ ਤੁਹਾਨੂੰ ਤੁਹਾਡਾ, ਤੁਸੀਂ ਕਹਿਣਾ ਅੱਜ ਮੈਂ ਹਵਾ ਮੇਰੇ ਜੋ ਮੂੰਹ ਅੱਜ ਇਤਨੀ ਖੁਸ਼ੀ ਮਿਲੀ ਹੈ। ਮੈਨੂੰ ਇੱਕ ਗੱਲ ਸੁਣਾਵਾਂ, ਇੱਕ ਚਰਸੀ ਸੀ ਤੇ ਉਹ ਨਾ ਉਹਦੀ ਸੀ 2.5 ਰੁਪਏ ਜ਼ਮੀਨ, 2.5 ਰੁਪਏ ਜ਼ਮੀਨ ਮੂੰਹ ਨਾ ਕਹਿੰਦੀ ਆ, 2.5 ਰੁਪਏ ਜਿਹਦੇ ਕੋਲ ਜ਼ਮੀਨ ਹੈਗੀ ਨਾ, ਤੂੰ ਅਗਲਾ ਭਾਵੇਂ ਬੁੜਤੀਆਂ ਲਾ ਲਾ ਕੇ ਖਾਵੇ ਨਹੀਂ ਮੁੱਕਦੀ। ਉਹਦੇ ਧੀ ਪੁੱਤਰ ਹੈ ਕੋਈ ਨਹੀਂ ਸੀ ਤੇ ਬੁੱਢੀ ਮਰ ਗਈ, ਤੇ ਉਹਨੇ ਕੀ ਕੀਤਾ, ਨਸ਼ੇ ਤੇ ਲੱਗ ਗਿਆ, ਚਰਸ ਖਾਣ ਲੱਗ ਗਿਆ, ਪੀਮ ਖਾਣ ਲੱਗ ਗਿਆ, ਨਸ਼ੇ ਤੇ ਲੱਗ ਗਿਆ। ਉਹਨੇ ਦੋ ਚਾਰ ਜਣੇ ਇਕੱਠੇ ਕਰ ਲੈਣੇ ਤੇ ਦੇਸ਼ ਕੀ ਚਾਹ ਹੀ ਰੱਖ ਲੈਣੀ, ਪੀਮ ਖਾ ਛੱਡਣੀ ਤੇ ਬਹਿ ਰਹਿਣਾ।
ਇਵੇਂ ਕਰਦਾ ਕਰਦਾ 2 ਕਿੱਲਾ ਵੇਚ, 2 ਕਿੱਲਾ, 5 ਕਿੱਲੇ, 6 ਕਿੱਲੇ ਕਰਦਾ ਕਰਦਾ 2.5 ਕਿੱਲੇ, 2.5 ਮੁਰੱਬੇ ਜ਼ਮੀਨ ਦੇ ਉਸਨੇ ਭੀਮ ਚਰਸ ਚ ਖਾ ਲਏ। ਇਹ ਜਿਹੜੀ ਚਰਸ ਚ ਉਸਦਾ ਨਾਂ ਲੈਣਾ ਸੌਖਾ ਹੈ। ਉਹ ਯਾਰ ਜ਼ਿੰਦਗੀ ਵੀ ਤੇ ਉਹਨੇ ਕੱਟੀ ਨਾ, ਦੇਖੋ ਜਦੋਂ ਪੀਂਦਾ ਸੀ ਕਿੰਨੇ ਸਰੂਰ ਚ ਹੋਣੀ ਹੁੰਦੀ ਜ਼ਿੰਦਗੀ, ਕਿਸ ਲੈਵਲ ਦਾ ਪੀਕ ਦਾ ਉਹਨੂੰ ਸਰੂਰ ਨਾ, ਮਤਲਬ ਦੁਨੀਆ ਜਾਣ ਦੀ ਕੋਈ ਟੈਨਸ਼ਨ ਹੀ ਨਹੀਂ ਹੋਣੀ ਉਹਨੂੰ ਉਸ ਟਾਈਮ। ਅੱਲਾਹ ਤਾਲਾ ਅੱਗੇ ਦੁਆ ਕਰੋ, ਯਾ ਅੱਲਾ ਸਾਡੀ ਆਖਰਤ ਅੱਛੀ ਬਣਾ, ਸਾਨੂੰ ਨੇਕ ਕੰਮ ਕਰਨ ਦੀ ਤੌਫੀਕ ਦੇ, ਸਾਨੂੰ ਹੱਕ ਤੇ ਚੱਲਣ ਦੀ ਹਿੰਮਤ ਦੇ, ਤੇ ਜੇ ਅਨਹੱਕ ਜਿਹੜਾ ਨਾ ਉਹ ਸਾਡੀ ਜ਼ਿੰਦਗੀ ਤੋਂ ਦੂਰ ਕਰ ਦੇ, ਸਾਨੂੰ ਕਾਮਯਾਬ ਕਰ ਤੇ ਸਾਨੂੰ ਤਰੱਕੀ ਦੇ, ਤੇ ਆਪਣੀ ਰਜ਼ਾ ਨਾਲ ਦੇ, ਜੋ ਵੀ ਤੇਰੇ ਖਜ਼ਾਨਿਆਂ 'ਚ ਸਾਡੀ ਕਿਸਮਤ 'ਚ ਲਿਖਿਆ ਉਹ ਦੇ। ਇਸ ਤਰ੍ਹਾਂ ਦੇ ਕੰਮ ਨਹੀਂ ਚੰਗੇ ਆਪਣੇ ਆਪ ਨੂੰ, ਜੇ ਅਗਰ ਕਿਸੇ ਨੂੰ ਦੁੱਖ ਹੈ ਉਹਨੂੰ ਭੁਲਾਉਣ ਵਾਸਤੇ ਅੱਲਾਹ ਦਾ ਜ਼ਿਕਰ ਅਦਾ ਕਰੋ ਨਾ, ਅੱਲਾਹ ਦਾ ਸ਼ੁਕਰ ਅਦਾ ਕਰੋ, ਅੱਲਾਹ ਅੱਗੇ ਰਜੋਈ ਕਰੋ ਕਿ ਯਾ ਅੱਲਾਹ ਮੇਰੀ ਜ਼ਿੰਦਗੀ 'ਚੋਂ ਆ ਮੁਸ਼ਕਲ ਖਤਮ ਕਰ ਦੇ। ਇਹ ਤਾਂ ਨਹੀਂ ਹੁਣ ਨਸ਼ਿਆਂ ਨੂੰ ਲੱਗ ਪਓ। ਵੈਸੇ ਜਦੋਂ ਨਸ਼ਾ ਬੰਦਾ ਕਰਦਾ ਨਾ, ਮੈਂ ਸੁਣਿਆ ਉਹ ਕਹਿੰਦੇ ਸਾਨੂੰ ਇੰਨਾ ਕੁ ਸਰੂਰ ਮਿਲਦਾ, ਸਾਡੀ ਰੂਹ ਐਵੇਂ ਪੁੰਜ ਲੱਗਦਾ ਜਿਵੇਂ ਰੂਹ ਸਾਡੀ ਜੰਨਤ ਵੱਲ ਨੂੰ ਤੁਰ ਗਈ। ਤੂੰ ਬਰਬਾਦੀ ਨਾ, ਬਰਬਾਦੀ ਜੰਨਤ ਵੱਲ ਨੂੰ ਜਾਂਦੀ, ਰੂਹ ਕਾਹਦੀ ਜੰਨਤ ਵੱਲ ਨੂੰ ਜਾਂਦੀ। ਉਹ ਕਹਿੰਦੇ ਸਾਨੂੰ ਸਕੂਨ ਹੀ ਇੰਨਾ ਮਿਲਦਾ, ਦੁਨੀਆ ਦੀ ਕੋਈ ਪਰੇਸ਼ਾਨੀ ਨਹੀਂ ਸਾਨੂੰ, ਕੋਈ ਟੈਨਸ਼ਨ ਨਹੀਂ, ਕੋਈ ਫਿਕਰ ਨਹੀਂ। ਜੰਨਤ ਪੁੱਤਰ ਅਮਲਾਂ ਨਾਲ ਮਿਲਣੀ ਆ, ਐਵੇਂ ਨਹੀਂ ਮਿਲਣੀ ਜੰਨਤ ਵੀ ਹੁਣ ਇਸ਼ਕ ਕਰ ਲਿਆ ਕਿਸੇ ਨਾਲ, ਸਿਗਰਟਾਂ ਪੀ ਛੱਡੀਆਂ, ਚਰਸ ਪੀ ਛੱਡੀ, ਰੋਡ 'ਤੇ ਪੈ ਰਿਹਾ, ਅੱਲਾ ਅੱਲਾ ਖੈਰ ਸੱਲਾ, ਉਹਨੂੰ ਜ਼ਿੰਦਗੀ ਕਹਿੰਦੇ ਆ। ਇਹੀ ਤੇ ਇਸ਼ਕ ਆ, ਕਿਸੇ ਦੀ ਯਾਦ ਦੇ ਵਿੱਚ ਸਾਰੀ ਜ਼ਿੰਦਗੀ ਕੱਢ ਦੇਣੀ। ਮਾਫੀ ਮੰਗੋ ਅੱਲਾ ਤਾਲਾ ਸਭ ਨੂੰ ਨੇ। ਅਸਲ ਇਸ਼ਕ ਤੇ ਇਹੀ ਹੈ ਯਾਰ, ਕੀ ਪਤਾ ਅੱਜ ਕੱਲ੍ਹ ਦੀਆਂ ਮਾਈਆਂ ਨੂੰ, ਅਸਲ ਇਸ਼ਕ ਤੇ ਇਹੀ। ਅੱਛਾ ਮੈਸੇਜ ਦਿਓ ਆਵਾਮ ਨੂੰ, ਅੱਛਾ ਮੈਸੇਜ ਦਿਓ, ਛੇ ਕੰਮ ਕਰੋ, ਨੇਕ ਕੰਮ ਕਰੋ, ਮਾਂ ਬਾਪ ਦੀ ਖਿਦਮਤ ਕਰੋ, ਮਾਂ ਬਾਪ ਦੇ ਫਰਮਾ ਬਰਦਾਰ ਬਣੋ। ਜਵਾਨ ਪੁੱਤਰ ਜਿਹੜੇ ਹੁੰਦੇ ਨੇ ਮਾਂ ਬਾਪ ਦਾ ਆਸਰਾ ਹੁੰਦੇ ਨੇ, ਇਹ ਨਹੀਂ ਕਿ ਕਈ ਵੇਖਣੇ ਆ ਰੋੜਾਂ ਤੇ ਪਏ ਹੋਏ, ਦੇਖੀਆਂ ਫੜੀ ਫਿਰਦੇ, ਟੱਲੀਆਂ ਪਾਈ ਫਿਰਦੇ ਗਲਾਂ 'ਚ। A few moments later. ਯਾਰ ਆਪ ਲੋਕਾਂ ਕੋ ਇੱਕ ਮਸ਼ਵਰਾ ਦੂੰ, ਟ੍ਰੇਡਿੰਗ 'ਚ ਪੈਸਾ ਨਾ ਲਾਇਆ ਜੇ, ਠੀਕ ਹੈ? ਜਿੰਨੀ ਦੇਰ ਤੱਕ ਫੁੱਲ ਐਕਸਪੀਰੀਅੰਸ ਨਾ ਹੁੰਦਾ ਟ੍ਰੇਡਿੰਗ 'ਚ ਪੈਸਾ ਨਾ ਲਾਇਆ ਜੇ, ਠੀਕ ਹੈ? ਲੁੱਟ ਜੂੰਗੇ, ਤਬਾਹ ਬਰਬਾਦ ਹੋ ਜੂਗੇ। ਤੈਨੂੰ ਕੀ ਹੋ ਗਿਆ? ਮੈਨੂੰ ਬਾਅਦ ਛੱਡ ਦਿਓ ਤੁਸੀਂ, ਕੀ ਦੱਸਾਂ ਮੈਂ ਹੁਣ? ਇਹ ਕੋਇਨ 'ਚ ਪੈਸੇ ਇਨਵੈਸਟ ਕੀਤੇ ਹੋਏ ਸੀਗੇ ਅਤੇ ਉਹਦੀ ਵੈਲਿਊ ਬਹੁਤ ਜ਼ਿਆਦਾ ਡਿੱਗ ਗਈ ਹੈ, ਅਤੇ ਹੁਣ ਮੈਂ ਕੀ ਦੱਸਾਂ ਕਿੰਨਾ ਕੁ ਨੁਕਸਾਨ ਹੋ ਗਿਆ। ਵਾਧਾ ਘਾਟਾ ਨਿੱਕਾ ਜਿਹਾ ਹੋਵੇ ਤੇ ਫਿਰ ਨਾ, ਵਾਧਾ ਘਾਟਾ ਨਿੱਕਾ ਜਿਹਾ ਨਹੀਂ ਨਾ ਹੋਇਆ, ਵਾਧਾ ਘਾਟਾ ਲੱਖਾਂ ਦੇ ਵਿੱਚ ਹੈ। ਹੁਣ ਮੈਂ ਕੀ ਦੱਸਾਂ, ਹਾਏ, ਮਤਲਬ 2-3 ਦਿਨ ਹੋ ਗਏ ਮੈਂ ਵੇਖ ਰਿਹਾ ਸੀ, ਥੋੜ੍ਹਾ ਲੋਸ ਸੀਗਾ, ਮੈਂ ਕਿਹਾ ਮੇ ਵੀ ਥੋੜ੍ਹਾ ਉੱਪਰ ਚੱਲ ਜਾਵੇ ਵੈਲਿਊ, ਉੱਪਰ ਚੱਲ ਜਾਵੇ ਵੈਲਿਊ। ਮੈਂ ਲੌਂਗ ਟਰਮ ਦਾ ਇਨਵੈਸਟ ਕੀਤਾ ਹੋਇਆ ਸੀ ਕਾਫੀ ਟਾਈਮ, ਕੋਈ ਮੈਂ ਇਨਵੈਸਟ ਕੀਤੇ ਨੂੰ ਕੋਈ, ਮੈਨੂੰ ਹੁਣ ਕੋਈ 2.5 ਮਹੀਨੇ ਹੋਣ ਵਾਲੇ ਨੇ, ਅਤੇ ਉਹਦੀ ਅਰਾਊਂਡ ਕੋਈ ਨਾ 70% ਵੈਲਿਊ ਜਿਹੜੀ ਨਾ ਡਿਕਰੀਜ਼ ਹੋ ਗਈ। 70% ਵੈਲਿਊ ਇੱਕ ਚੀਜ਼ ਦੀ ਜਦੋਂ ਥੱਲੇ ਆ ਜਾਵੇ ਤਾਂ ਲਾ ਲਓ ਹਿਸਾਬ ਤੁਸੀਂ ਕਿੰਨਾ ਕਰਿਆ ਗਿਆ, ਮਤਲਬ ਉਹਦੀ ਮਾਰਕੀਟ ਦੇ ਵਿੱਚ ਵਰਥ ਹੀ ਖਤਮ ਹੋਣ ਵਾਲੀ ਹੋਈ ਪਈ ਇਸ ਟਾਈਮ ਬਿਲਕੁਲ। ਤੋਂ ਅਤੇ ਹੁਣ ਪ੍ਰੀਡਿਕਸ਼ਨ ਇਹ ਕਹਿ ਰਹੀ ਆ ਕਿ ਉਹ ਦੁਬਾਰਾ, ਮਤਲਬ ਮੇਰਾ ਪੈਸਾ ਰਿਕਵਰ ਹੋਣ ਦੇ ਵਿੱਚ ਵੀ ਕੋਈ 1.5 ਸਾਲ ਤੋਂ 2 ਸਾਲ ਦਾ, ਮੈਨੂੰ ਜੋ ਪ੍ਰੀਡਿਕਸ਼ਨ ਲੱਗ ਰਹੀ। ਪਤਾ ਪਹਿਲੇ ਇਹ ਥੋੜ੍ਹੀ ਹੁੰਦਾ ਕਿ ਨੁਕਸਾਨ ਦਾ ਪਤਾ ਥੋੜ੍ਹੀ ਹੁੰਦਾ, ਇਹ ਤਾਂ ਵੇਖ ਕੇ ਪੈਸਾ ਇਨਵੈਸਟ ਕੀਤਾ ਜਾਂਦਾ ਨਾ ਕਿ ਜੀ ਫਿਊਚਰ 'ਚ ਜਾਏਗਾ, ਲੇਕਿਨ ਘਾਟਾ ਬਹੁਤ ਜ਼ਿਆਦਾ ਨਾ। ਹੁਣ ਮੈਂ ਕੀ ਕਰਾਂ, ਸਮਝ ਨਹੀਂ ਆ ਰਹੀ। ਅਤੇ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਟ੍ਰੇਡਿੰਗ ਕਰਦੇ ਨੇ ਬੜੇ ਧਿਆਨ ਨਾਲ ਕਰਿਆ ਜੇ, ਠੀਕ ਹੈ? ਅਤੇ ਜੋ ਸੋਚਦੇ ਨੇ ਟ੍ਰੇਡਿੰਗ 'ਚ ਇਨਵੈਸਟ ਕਰਨ ਦਾ, ਤਾਂ ਧਿਆਨ ਨਾਲ ਇਨਵੈਸਟ ਕਰਿਆ ਜੇ, ਠੀਕ ਹੈ? ਦਿਲ 'ਤੇ ਹੱਥ ਰੱਖ ਕੇ ਅਤੇ ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਕੋਲ ਰੱਖ ਕੇ, ਕਿਉਂਕਿ ਮੈਨੂੰ ਵੀ ਮੇਰਾ ਲੱਗਦਾ ਵਾ ਜਿਵੇਂ ਤੇਜ਼ ਹੋ ਰਿਹਾ, ਅਤੇ ਮੈਨੂੰ ਵੀ ਚੈੱਕ ਕਰਨਾ ਪੈਣਾ ਆਪਦਾ, ਗੋਲੀ ਖਾਣੀ ਪੈਣੀ ਹੈ ਜੀ। ਯਾਰ ਬੇਬੇ ਤੈਨੂੰ ਮੈਂ ਕੀ ਦੱਸਾਂ, ਤੈਨੂੰ ਮੈਂ ਕੀ ਦੱਸਾਂ, ਉਹ ਚੰਗੇ ਭਲੇ ਪੈਸੇ ਨੇ, ਹੁਣ ਟੈਨਸ਼ਨ ਲੈਣ ਨਾ, ਟੈਨਸ਼ਨ ਤਾਂ ਆਉਂਦੀ ਆਉਂਦੀ। ਹੁਣ ਮੈਨੂੰ ਟੈਨਸ਼ਨ ਦੇ ਨਾਲ ਮੈਨੂੰ ਹਾਸਾ ਆਈ ਜਾਂਦਾ, ਕਿਉਂਕਿ ਹੁਣ ਮੇਰੇ ਕੋਲ ਨਹੀਂ ਸੀਰੀਅਸ ਰਿਹਾ ਜਾਂਦਾ, ਹੁਣ ਮੈਨੂੰ ਮੇਰਾ ਆਟੋਮੈਟਿਕਲੀ ਹਾਸਾ ਨਿਕਲੀ ਜਾਂਦਾ। ਅੱਲਾਹ ਤਾਲਾ ਹਿੰਮਤ
ਗਿਆ ਵਾਧਾ ਘਾਟਾ ਮੁਨਾਫਾ ਵੀ ਤਾਂ ਆਉਂਦਾ ਹੀ ਇਹਨਾਂ ਮੁਨਾਫਾ ਵੀ ਆ ਜਾਂਦਾ ਅਤੇ ਜੇ ਅਗਰ ਹੋ ਗਿਆ ਘਾਟਾ ਹੁਣ ਟੈਨਸ਼ਨ ਲੈਣ ਨਾਲ ਪੂਰਾ ਨਹੀਂ ਹੋ ਜਾਣਾ ਆਪਦੀ ਤਬੀਅਤ ਹੀ ਖਰਾਬ ਹੋਣੀ ਆ ਉਹ ਯਾਰ ਮੇਰੇ ਕੋਲ ਜਿੰਨਾ ਪੈਸਾ ਪਿਆ ਸੀ ਮੈਂ ਸਾਰਾ ਉਸ ਕੋਇਨ 'ਚ ਲਾਇਆ ਹੋਇਆ ਸੀਗਾ ਅਤੇ ਤੈਨੂੰ ਕਿਹਨੇ ਆਖਿਆ ਸੀ ਜਮਾ ਪੂੰਜੀ ਠੋਕੀ ਹੋਈ ਸੀ ਸਾਰੀ ਦੀ ਸਾਰੀ ਆਲਮੋਸਟ ਤਕਰੀਬਨ ਜਿੰਨਾ ਪਿਆ ਸੀ ਸਾਰਾ ਦਾ ਸਾਰਾ ਉਹਦੇ ਸੁੱਟਿਆ ਤੁਹਾਨੂੰ ਹੁਣ ਕੀ ਪਤਾ ਟ੍ਰੇਡਿੰਗ ਦਾ ਨਾ ਤੁਹਾਨੂੰ ਕੋਈ ਦਾ ਪਤਾ ਨਾ ਤੁਹਾਨੂੰ ਉਹਨਾਂ ਚੀਜ਼ਾਂ ਦਾ ਤੁਹਾਨੂੰ ਪਤਾ ਨਹੀਂ ਉਹਨਾਂ 'ਚ ਤੁਹਾਨੂੰ ਮੈਂ ਕੀ ਪੁੱਛਦਾ ਉਹਦੇ 'ਚ ਤੁਹਾਡੇ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜੋ ਜਿਸ ਸ਼ਾਇਦ ਤੁਹਾਡਾ ਐਕਸਪੀਰੀਅੰਸ ਉਹ ਸ਼ਾਇਦ ਕੋਈ ਹੋਵੇ ਤਾਂ ਮੈਂ ਪੁੱਛਦਾ ਨਾ ਹੁਣ ਹੋਰ ਕਿਤੇ ਹੁਣ ਮੈਂ ਤੇ ਆਪਦੇ ਲੋਕ ਚੰਗੀ ਸ਼ਾਇਦ ਕੱਢ ਕੇ ਬੰਦਾ ਲਾਉਂਦਾ ਨਾ ਮੈਂ ਤੇ ਆਪਦੇ ਲੋਕ ਬੜੀ ਅੱਛੀ ਓਪਰਚੁਨਿਟੀ ਕੱਢੀ ਠੀਕ ਹੈ ਮੈਂ ਅੱਛਾ ਹੁਣ ਆਪਦੇ ਐਕਸਪੀਰੀਅੰਸ ਆ ਗਏ ਨਾ ਮੱਝਾਂ ਲੈ ਕੇ ਛੱਡੀਆਂ ਹੁੰਦੀਆਂ ਮੱਝਾਂ ਵੇਚ ਵੂਚ ਕੇ ਤੇ ਉੱਧਰ ਲਾਏ ਸੀ ਲੇਕਿਨ ਬਾਈ ਚਲੋ ਖੈਰ ਉਹ ਪੈਸਾ ਆਉਣ ਜਾਣ ਵਾਲੀ ਸ਼ਾਇਦ ਕਿਸਮਤ ਦੇ ਨਾਲ ਹੀ ਹੈ ਠੀਕ ਹੈ ਜਿੱਥੇ ਕਮਾਈ ਦਾ ਉੱਥੇ ਉੱਡਣਾ ਵੀ ਤਾਂ ਹੈ ਨਾਲ ਹੀ ਜਦੋਂ ਕਮਾਉਂਦੇ ਹਾਂ ਅੱਲਾ ਪਾਕ ਦਿੰਦਾ ਹੈ ਤਾਂ ਫਿਰ ਉੱਡਣਾ ਵੀ ਤਾਂ ਹੈ ਚਲੋ ਜੇ ਸਾਡਾ ਔਡਰ ਹੈ ਤਾਂ ਕਿਸੇ ਨੂੰ ਮਿਲ ਹੀ ਰਿਹਾ ਨਾ ਕੋਈ ਨਹੀਂ ਜੱਟਾ ਕਰਾਂਗੇ ਫਿਰ ਕਰਾਂਗੇ ਠੀਕ ਹੈ ਲੇਟ ਹੈ ਆ ਯਾਰ ਮਾਂ ਜੀ ਮਿਲੀਅਨਸ ਦੇ ਵਿੱਚ ਸੀਗੇ ਤਕਰੀਬਨ ਸਾਰੇ ਜਿੰਨੇ ਮੇਰੇ ਅਕਾਊਂਟ 'ਚ ਪਏ ਸੀ ਮੈਂ ਠੋਕ ਦਿੱਤੇ ਸੀਗੇ ਹੁਣ ਮੈਂ ਕੀ ਦੱਸਾਂ ਮਿਲੀਅਨ ਕਿੰਨਾ ਹੁੰਦਾ ਮਿਲੀਅਨ ਦਾ ਦੱਸ ਕੇ ਤਾਂ ਬੇਬੇ ਨੂੰ ਹੋਲ ਪੈ ਜਾਣੇ ਨੇ 10 ਲੱਖ ਦਾ 1 ਮਿਲੀਅਨ ਹੁੰਦਾ ਦਸ ਲੱਖ ਨਹੀਂ ਸੀਗਾ ਮਿਲੀਅਨ ਤੋਂ ਉੱਤੇ ਸੀਗੇ ਕੋਈ 2 ਮਿਲੀਅਨ ਦੇ ਨੇੜੇ ਤੇੜੇ ਸੀਗੇ ਜਿਹੜੇ ਪੇ ਸੀ ਮੈਂ ਸਾਰੇ ਲਾਏ ਸੀ ਉਹਦੇ 'ਚ ਚਾਂਸਿਸ ਸੀਗੇ ਕਿ ਇਹਦਾ ਰੇਟ ਜਿੱਥੇ ਮੈਂ ਖਰੀਦਿਆ ਸੀ ਨਾ ਉਹ ਉਹਦੇ ਤੋਂ ਕੋਈ 90% ਉੱਤੇ ਮਤਲਬ ਕਿ ਕੋਈ ਜਿਹੜਾ ਨਾ ਦੁੱਗਣੇ ਹੀ ਨਾਲ ਲੱਗਣੇ ਸੀਗੇ ਕੋਈ ਮਹੀਨੇ ਦੇ ਅੰਦਰ ਅੰਦਰ ਅਤੇ ਛੱਕਾ ਸੀ ਗੱਡੀ ਲੈਣੀ ਸੀ ਗੱਡੀ ਗੱਡੀ ਚਾਰਜ ਬਣ ਕੇ ਉਹਨੇ ਵੀ ਗੱਡੀ ਲੈਣੀ ਸੀ ਮੈਂ ਵੀ ਗੱਡੀ ਲੈਣੀ ਸੀ ਦੋਵਾਂ ਦੀਆਂ ਗੱਡੀਆਂ ਨਾ ਰੋਕਟ ਬਣ ਕੇ ਨਾ ਸਮਾਨ ਦੇ ਜਾ ਰਹੀ ਆ ਚਲੋ ਹੁਣ ਕਿਉਂ ਪਰੇਸ਼ਾਨ ਹੋਈ ਜਾਂਦੇ ਜਿੱਦਾਂ ਕਮਾਏ ਸੀ ਨਾ ਫਿਰ ਅੱਲਾ ਦੇ ਦੇਗਾ ਆ ਜਾਣਗੇ ਫਿਰ ਆ ਜਾਣਗੇ ਕੋਈ ਨਹੀਂ ਇੰਨੀ ਪਰੇਸ਼ਾਨ ਯਾਰ ਬੇਬੇ ਕੀ ਹੋ ਗਿਆ ਓ ਹੈਲੋ ਯਾਰ ਮੈਂ ਤਾਂ ਤਾਂ ਤੇ ਇੱਕ ਦੱਸਦਾ ਨਹੀਂ ਯਾਰ ਬੰਦਾ ਕਮਾਏ ਸੀ ਤੇ ਗਏ ਨਾ ਫਿਰ ਕਮਾ ਲਾਂਗੇ ਕੀ ਹੋ ਗਿਆ ਇਹਦੇ ਚ ਕਮਾਏ ਸੀ ਤੇ ਲੱਗੇ ਨੇ ਨਾ ਤੇ ਯਾਰ ਅੱਗੇ ਅੱਗੇ ਵੀ ਜੋੜੇ ਨੇ ਨਾ ਠੀਕ ਹੈ ਅੱਗੇ ਵੀ ਜੋੜ ਕੇ ਲਾਏ ਸੀ ਨਾ ਫਿਰ ਆ ਜਾਣਗੇ ਕੀ ਹੈ ਪੈਸਾ ਆਉਣੀ ਜਾਣੀ ਸ਼ਾਇਵਾ ਜੇ ਲੱਗ ਗਿਆ ਤੇ ਹੁਣ ਬੰਦਾ ਮਰ ਜਾਵੇ ਬੰਦਾ ਮਰ ਤੇ ਨਹੀਂ ਨਾ ਸਕਦਾ ਜੇ ਸੋਚਾਂਗੇ ਤੇ ਫਿਰ ਤਾਂ ਅੱਗੇ ਬੰਦਾ ਕਮਾ ਨਹੀਂ ਸਕਦਾ ਹਜੇ ਵੈਲਿਊ ਥੱਲੇ ਆਈ ਆ ਹਜੇ ਵੈਲਿਊ ਥੱਲੇ ਆਈ ਵੈਲਿਊ ਉੱਤੇ ਵੀ ਜਾ ਵੀ ਸਕਦੀ ਆ ਪਿਆ ਇਸ ਟਾਈਮ ਅਗਰ ਹੁਣ ਵੇਚਾਂਗੇ ਤੇ ਇੰਨਾ ਨੁਕਸਾਨ ਹੈ ਨਾ ਪਰ ਮੈਂ ਵੇਚਦਾ ਤਾਂ ਨਹੀਂ ਪਿਆ
ਮੈਂ ਤਾਂ ਸਾਰੇ ਉਵੇਂ ਦੇ ਉਵੇਂ ਰੱਖੇ ਨੇ, ਠੀਕ ਹੈ, ਵੈਲਿਊ ਅਪ ਹੋ ਜਾਏਗੀ ਅਤੇ ਪ੍ਰੋਫਿਟ 'ਚ ਵੀ ਜਾ ਸਕਦਾ। ਇੱਕ ਤਾਂ ਜੇ ਪ੍ਰੈਡਿਕਸ਼ਨ ਇਸ ਟਾਈਮ ਵੈਲਿਊ ਬਹੁਤ ਜ਼ਿਆਦਾ ਥੱਲੇ ਆ ਗਈ, ਅਤੇ ਲੇਕਿਨ ਮੇਰਾ ਅਸੀਂ ਪ੍ਰੈਡਿਕਸ਼ਨ ਇਹ ਸੀ ਕਿ ਮੈਂ ਇਸ ਦੇ ਨੇੜੇ ਕੱਢਦੇ ਨੇ ਅਤੇ ਹੁਣ ਤੱਕ ਰੇਟ ਅਪ ਹੋਏ ਨਾ, ਲੇਕਿਨ ਇਹ ਰੇਟ ਦਿਨੋਂ ਦਿਨ ਥੱਲੇ ਹੀ ਜਾ ਰਿਹਾ। ਇਸ ਵਜ੍ਹਾ ਤਾਂ ਮੈਂ ਤੁਹਾਨੂੰ ਦੱਸਦਾ ਨਹੀਂ ਪਿਆ, ਹੁਣ ਦੱਸ ਕੇ ਅਤੇ ਹੁਣ ਵੇਖੋ ਤੁਸੀਂ ਇੱਧਰ ਵੱਖਰਾ। ਉਹ ਯਾਰ ਆਪਣਾ ਬੀਪੀ ਨਾ ਹਾਈ ਕਰਾ ਲਿਆ ਜੇ, ਕਿਤੇ ਇੱਥੇ ਮੇਰਾ ਹੋਇਆ ਪਿਆ, ਠੀਕ ਹੈ, ਮੈਂ ਆਪਣੇ ਆਪ ਨੂੰ ਛੱਡ ਕੇ ਮੈਂ ਹੁਣ ਤੁਹਾਨੂੰ ਸੰਭਾਲਣ ਦੇ ਪਿੱਛੇ ਹੋ ਜਾ। ਮਾਂ ਬਾਪ ਨੂੰ ਭੈਣ ਭਰਾ ਨੂੰ ਕਿਸੇ ਨਾਲ ਮਸ਼ਵਰਾ ਕਰ ਲੈਣਾ ਚਾਹੀਦਾ ਕਿ ਵੀ ਮੈਂ ਆਹ ਕੰਮ ਕਰਨ ਲੱਗਾ ਵਾਂ, ਮੈਂ ਕਰ ਲਵਾਂ ਨਾ ਕਰ ਲਵਾਂ। ਯਾਰ ਇਸ ਚੀਜ਼ ਦਾ ਜਦੋਂ ਤੁਹਾਨੂੰ ਐਕਸਪੀਰੀਅੰਸ ਹੀ ਨਹੀਂ ਹੈਗਾ ਇਹਦੇ 'ਚ, ਹੁਣ ਮੈਂ ਤੁਹਾਨੂੰ ਕੀ ਪੁੱਛਾਂ ਇਹਦੇ 'ਚ, ਜਿਹੜੀ ਚੀਜ਼ ਦਾ ਤੁਹਾਨੂੰ ਐਕਸਪੀਰੀਅੰਸ ਹੁੰਦਾ ਉਹ ਤਾਂ ਤੁਹਾਨੂੰ ਪੁੱਛ ਕੇ ਲਾਣੇ ਨੇ, ਠੀਕ ਹੈ, ਜਿਹੜੀ ਸ਼ਾਇਦ ਤਾਂ ਨਾ ਕੰਧ ਕੋਲ ਬੰਦਾ ਪੁੱਛ ਲੈਂਦਾ ਮੈਂ ਆਹ ਕਰਨ ਲੱਗਾ ਵਾਂ। ਹੁਣ ਟ੍ਰੇਡਿੰਗ ਦਾ ਤੁਹਾਨੂੰ ਕੀ ਪਤਾ, ਮੈਨੂੰ ਦੱਸੋ ਤੁਸੀਂ ਕੀ ਮਸ਼ਵਰਾ ਦੇਣਾ ਟ੍ਰੇਡਿੰਗ ਮੈਨੂੰ। ਚਲੋ ਹੁਣ ਦੱਸੋ ਕਿ ਲੋਸ ਹੁੰਦਾ ਪਿਆ ਇਸ ਟਾਈਮ ਸੇਲ ਕਰਨੇ ਚਾਹੀਦੇ ਨੇ ਜਾਂ ਰੱਖਣੇ ਚਾਹੀਦੇ ਨੇ ਦੱਸੋ। ਹੁਣ ਤੈਨੂੰ ਪਤਾ ਮੈਨੂੰ ਕੀ ਪਤਾ, ਤੇ ਇਹੀ ਤੇ ਰੋਲਾ ਫਿਰ, ਉਹ ਮੈਨੂੰ ਹੀ ਪਤਾ ਸੀ ਨਾ ਕਿ ਲਾਉਣੇ ਚਾਹੀਦੇ ਨੇ ਤੇ ਲਾ ਦਿੱਤੇ। ਹੁਣ ਚਲੋ ਅੱਲਾ ਖੈਰ ਕਰੇ, ਵਕਤ ਕਰਦਾ ਹੈ ਕਿ ਮੈਨੂੰ ਚਾਰਾਂ ਨੇ ਨਾਲ ਲੱਗ ਜਾਣ, ਇਹ ਨਹੀਂ ਕਹਿੰਦਾ ਕਿ ਮੈਂ ਹੁਣ ਲਾ ਇਕੱਠੇ ਕੀਤੇ ਲਾਏ ਆ, ਇਹਦੇ 'ਚ ਮੈਂ ਅੱਜ ਲੱਖ ਲਾਇਆ ਸਵੇਰੇ ਮੈਨੂੰ 50,000 ਲੰਬੇ। ਤੇ ਯਾਰ ਹੁਣ ਵਕਤ ਕੀਤਾ ਕੱਢਣ ਲਈ, ਲਾਉਣ ਲਈ ਕਿਤੇ ਨੁਕਸਾਨ ਲਈ ਵਕਤ ਥੋੜ੍ਹੀ ਕਰਦਾ ਕੋਈ, ਕਮਾਲ ਲਈ ਵਕਤ ਕੀਤਾ ਸੀ, ਲੇਕਿਨ ਇਹ ਹੈ ਕਿ ਹੁਣ ਉਹ ਨੁਕਸਾਨ ਨਾਲ ਹੀ ਹੁੰਦਾ, ਸਾਰੇ ਚੜਦੇ ਨੇ। ਝੂਠ ਲਾ ਹੈਲੀਕਾਪਟਰ ਮੈਨੂੰ ਤੇ ਮੇਰਾ ਐਵੇਂ ਦੀ ਸਿਚੁਏਸ਼ਨ ਹੁੰਦੀ ਨਾ ਜਦੋਂ, ਸੱਚੀ ਐਵੇਂ ਦੀ ਜਦੋਂ ਮੇਰੀ ਸਿਚੁਏਸ਼ਨ ਹੁੰਦੀ ਨਾ, ਮੈਨੂੰ ਹਾਸਾ ਹੀ ਆਈ ਜਾਂਦਾ। ਮੈਂ ਉਹ ਸ਼ਰਮਿੰਦਾ ਹਾਸਾ ਵਾ, ਪਤਾ ਮੈਨੂੰ ਉਹਦੇ ਸਿਆਣੇ ਆਉਂਦੇ ਰੋਣਾ ਹੈ, ਕਿਸ ਗੱਲੋਂ ਰੋਣਾ ਹੈ ਯਾਰ, ਦੁੱਖ ਦੇਣ ਵਾਲੇ ਸਾਰੇ ਨੇ, ਪਰ ਮੈਂ ਮੁਸਕਰਾ ਕੇ ਮੱਤੇ ਲੱਗਣਾ। ਤੇ ਹੁਣ ਮੈਂ ਕੀ ਕਰਾਂ, ਮੁਸਕਰਾ ਕਰਾਂ, ਹਾਸਾ ਇਹ ਖੁਸ਼ੀ ਦਾ ਹਾਸਾ, ਬਿਸ਼ਰਮਿੰਦਾ ਹਾਸਾ ਵਾ, ਮੈਨੂੰ ਪਤਾ ਨਾ ਕਿ ਮੈਂ ਆਪਣੇ ਆਪ ਨੂੰ ਕੰਟਰੋਲ ਕੀ ਕਰਨਾ, ਮੈਨੂੰ ਪਤਾ ਕਿ ਮੈਨੂੰ ਆਪਣੇ ਚਿਹਰੇ ਤੇ ਮੁਸਕਰਾਹਟ ਲਿਆਉਣੀ ਪੈਂਦੀ ਜਦੋਂ ਐਵੇਂ ਮੇਰੀ ਸਿਚੁਏਸ਼ਨ ਹੁੰਦੀ, ਜੇ ਮੈਂ ਉਵੇਂ ਦਾ ਹੋ ਗਿਆ ਤੇ ਮੈਂ ਤੇ ਲੰਮਾ ਪੈ ਜਾਂਗਾ ਇੱਥੇ, ਠੀਕ ਹੈ, ਤੇ ਲੰਮਾ ਪੈ ਕੇ ਤੇ ਮੈਂ ਤੇ ਨੰਬਰ ਵੱਲ ਪੈ ਜਾਂਗਾ, ਤੇ ਇਸ ਵਜ੍ਹਾ ਤੋਂ ਮੈਂ ਤੈਨੂੰ ਪਤਾ ਕਿਉਂ ਨਹੀਂ ਸਿਖਾਇਆ ਸਵੇਰੇ, ਮੈਂ ਚਲੋ ਸੁੱਤਾ ਏ ਰਾਤੀ ਸੁੱਤਾ ਨਹੀਂ ਗਾ, ਤੂੰ ਸੁੱਤਾ ਪਿਆ, ਮੈਂ ਨਹੀਂ ਡੋਲ, ਮੈਨੂੰ ਨਹੀਂ ਪਤਾ ਪਿਛਲੀ ਗੱਲ ਕੀ ਮੇਰੇ ਚ ਐਸੇ ਲਈ ਗਈ ਆ ਤੇ ਜਾ ਕੇ ਆਪ, ਮੈਂ ਤੁਹਾਨੂੰ ਮਨਾ ਕਿਉਂ ਕਰਨ ਡਿਆ ਸੀ, ਮੈਂ ਤੁਹਾਨੂੰ ਮਨਾ ਕਿਉਂ ਕਰਨ ਡਿਆ ਸੀ, ਮੇਰੇ ਚ ਹੀ ਮਹਿੰਦੀ ਨਹੀਂ ਸੀ ਹੈ ਉੱਠਣ ਦੀ, ਮੈਂ ਕਿੱਥੇ ਉੱਠਦਾ, ਮੇਰੇ ਕੋਲ ਕੇਕ ਨਹੀਂ ਸੀ ਬਚਣੀ, ਮੇਰੇ ਕੋਲ ਮੋਟਰਸਾਈਕਲ ਹੁੰਦੀ ਸੀ, ਕੇਕ ਵਿੱਚ ਸਵੇਰੇ ਫਿਰ ਜੁਮੇ ਆ ਦਿਨ ਹੱਜ ਦੇ ਦੇਣ ਨੇ, ਤੇ ਅੱਲਾਹ ਤਾਲਾ ਦੇ ਬਹੁਤਾ ਬੰਦਾ ਜੁਮੇ ਆ ਦਿਨ ਬਹੁਤੀ ਅਰਜ਼ੋਈ ਕਰਦਾ ਵਿਹਲੇ ਟਾਈਮ ਬਹਿ ਕੇ, ਤੇ ਉਹ ਵਿਹਲਾ ਟਾਈਮ ਫਿਰ ਬਾਜ਼ਾਰ ਜ਼ਰੂਰ ਜਾਣਾ ਨਾਲੇ ਜੁਮਾ, ਤੇ ਪਰਸੋਂ ਫਿਰ ਹੱਜ ਏ, ਤੇ ਹੱਜ ਦਾ ਰੋਜ਼ਾ ਰੱਖਾਂਗੇ, ਅੱਲਾਹ ਦੀ ਇਬਾਦਤ ਕਰਾਂਗੇ, ਤੇ ਅੱਲਾਹ ਅੱਗੇ ਦੁਆ ਮੰਗਾਂਗੇ ਇਨਸ਼ਾਅੱਲਾ, ਦੁਆ ਕੋਈ ਅੱਲਾਹ ਮੀਆਂ ਕਬੂਲ ਕਰਦਾ ਹੈ ਤੇ ਦੁਆ ਮੰਗਣੀ ਚਾਹੀਦੀ, ਅੱਲਾਹ ਤਾਲਾ ਕਬੂਲ ਕਰੇਗਾ ਇਨਸ਼ਾਅੱਲਾ। ਆਪਦੀ ਔਲਾਦ ਵਾਸਤੇ ਦੁਆ ਕਰੋ, ਆਪਦੇ ਮਾਂ ਪਿਓ ਵਾਸਤੇ ਕਰੋ, ਆਪਣੇ ਵਾਸਤੇ ਕਰੋ, ਤੇ ਅੱਲਾਹ ਤਾਲਾ ਇਨਸ਼ਾਅੱਲਾ ਪੂਰੀ ਪਾਉਂਦਾ ਹੈ, ਕਦੇ ਮਯੂਸ ਨਹੀਂ ਮੋੜਦਾ ਰੱਬ ਦੇ ਬੰਦਿਆਂ ਨੂੰ, ਤੇ ਘਾਟੇ ਵੱਧ ਫਿਰ ਜ਼ਿੰਦਗੀ ਦੇ ਨਾਲ ਹੀ ਨੇ, ਕੀ ਕਰ ਸਕਦੇ ਹਾਂ, ਤੇ ਜੇ ਅਸੀਂ ਇਸੇ ਗੱਲ ਨੂੰ ਲੈ ਕੇ ਬੈਠੇ ਰਹਾਂਗੇ ਨਾ, ਫਿਰ ਬੰਦਾ ਕੁਛ ਨਹੀਂ ਲੈ ਸਕਦਾ, ਕੋਈ ਨਹੀਂ, ਅੱਲਾਹ 'ਤੇ ਉਮੀਦ ਰੱਖੋ, ਅੱਲਾਹ ਤਾਲਾ ਪੂਰੀਆਂ ਪਾਉਂਦਾ ਵਾ ਇਨਸ਼ਾਅੱਲਾ। ਯਾਰ ਜਿੱਥੇ ਗਏ ਨੇ ਉੱਥੇ ਆਉਣਗੇ ਵੀ। ਲੋ ਜੀ ਹੁਣ ਮੈਂ ਬਥੇਰਾ ਹੱਸ ਹੁਸ ਕੇ ਕਰ ਲਿਆ ਜਿੰਨੀ ਕੋਸ਼ਿਸ਼ ਹੁੰਦੀ ਸੀ, ਹੁਣ ਅੱਗੇ ਵਲੋਗ ਮੇਰੇ ਕੋਲ ਤਾਂ ਕੰਟੀਨਿਊ ਨਹੀਂ ਹੋ ਰਿਹਾ, ਨਾ ਹੀ ਹੁਣੀ ਮਤ ਬਚੀਏ, ਅਤੇ ਇਨਸ਼ਾਅੱਲਾ ਲਾਈਕ ਸ਼ੇਅਰ ਕਮੈਂਟ ਕਰਿਆ ਜੇ ਵੀਡੀਓ ਅੱਛੀ ਲੱਗੀ, ਅਤੇ ਚੈਨਲ ਨੂੰ ਕਰਿਆ ਸਬਸਕ੍ਰਾਈਬ, ਬੈਲ ਆਈਕਨ ਪ੍ਰੈਸ ਕਰ ਲਿਆ ਜੇ ਅਗਰ ਤੁਹਾਡੀਆਂ ਬਾਹਾਂ 'ਚ ਵੀ ਇਹੀ ਜ਼ੋਰ ਹੋਵੇ ਤਾਂ ਹੋ ਸਕੇ ਤਾਂ ਕਰ ਲਿਆ ਜੇ, ਨਹੀਂ ਤਾਂ ਅੱਲਾਹ ਖੈਰ ਸੱਲਾ, ਇਨਸ਼ਾਅੱਲਾ ਮਿਲਦੇ ਸੁਬਾਹ ਇੱਕ ਨਵੇਂ ਵਲੋਗ 'ਚ, ਅੱਲਾਹ ਹਾਫਿਜ਼, ਬਾਏ ਬਾਏ।